ਲੰਬੀ ਮਿੱਟੀ ਨਾ ਹੋਵੇ ਸਿਲੈਕਟਰ ਮੇਰਾ ਨਾਮ ਪ੍ਰਭਜੀਤ ਸਿੰਘ ਆ ਜੀ, ਮੈਂ ਈਸਟ ਗੋਬਿੰਦ ਨਗਰ ਦਾ ਨਿਵਾਸੀ ਹਾਂ ਅਤੇ ਤਕਰੀਬਨ 6:30 ਵਜੇ ਦੀ ਗੱਲ ਹੈ, ਇੱਥੋਂ ਲੰਘਣ ਡਿਆ ਅਤੇ ਰਸ਼ ਪਿਆ ਸੀ ਅਤੇ ਪਤਾ ਲੱਗਾ ਵੀ ਅੰਦਰ ਲੜਕੀ ਦਾ ਕਤਲ ਹੋ ਗਿਆ ਵਾ ਅਤੇ ਉਹ ਵੇਖਾ ਮੁੜ ਕੇ ਫੋਨ 'ਤੇ ਮੈਂ ਹੀ 112 'ਤੇ ਕਾਲ ਕੀਤੀ ਪੁਲਿਸ ਨੂੰ, ਫਿਰ ਉਹ ਆਏ ਆ ਪੁਲਿਸ ਵਾਲੇ ਅਤੇ ਹੁਣ ਦੇਖਣ ਡੇ ਇਨਕੁਆਇਰੀ ਕਰ ਰਹੇ ਆ। ਲੜਕੀ ਜਿਹੜੀ ਥੋੜ੍ਹੀ ਮੈਂਟਲੀ ਅਪਸੈਟ ਸੀ ਕਹਿੰਦੇ, ਅਤੇ ਬਾਪ ਦੀ ਮਕਾਨ ਉਹਦਾ ਆਪਣਾ ਹੈ ਅਤੇ ਉਹ ਇਹੋ ਕੁਝ ਮਕਾਨ ਜਿਹੜੀ ਪੈਨਸ਼ਨ ਪੁਨਸ਼ਨ ਆਉਂਦੀ ਸੀ ਲੱਗੀ ਜਿਹੜੀ ਉਹ ਲੋਕਾਂ ਨੂੰ ਦਾਨ ਦੂਨ ਕਰਦੀ ਸੀ, ਟਕਸ਼ੇ ਰੁਕਸ਼ੇ ਵਾਲਿਆਂ ਨੂੰ ਰੋਟੀ ਪਾਣੀ ਖਵਾ ਦਿਆ ਕਰਨਾ, ਬਸ ਇਹੋ ਕੁਝ ਸ਼ਾਇਦ ਉਹੀ ਕੰਮ ਜਿਹੜਾ ਇਹਦੀ ਮੌਤ ਦਾ ਕਾਰਨ ਬਣਿਆ। ਕੋਈ ਬੱਚਾ ਨਹੀਂ, ਅਨਮੈਰਿਡ। ਉਮਰ 40 ਸਾਲ, 40-45 ਸਾਲ ਦੀ ਉਮਰ ਹੈ। ਜਦੋਂ ਲੰਘਣ ਡੇ ਦੁਨੀਆ ਅੰਦਰ, ਫਿਰ ਉਹ ਇੱਥੇ ਬੱਚਿਆਂ ਨੂੰ ਨਾ ਟੋਫੀਆਂ ਟਾਫੀਆਂ ਬੜੀਆਂ ਵੰਡਦੀ ਹੁੰਦੀ, ਟੋਫੀਆਂ ਬੱਚਿਆਂ ਨੂੰ ਖਵਾ ਦੇਣੀਆਂ। ਉਹ ਇੱਕ ਛੋਟੀ ਜਿਹੀ ਬੱਚੀ ਅੰਦਰ ਲੈਣ ਗਈ ਟੋਫੀਆਂ ਵੀ ਚੱਲ ਲੈ ਕੇ ਆਉਂਦੀ ਆ, ਉਹਨੇ ਜਦੋਂ ਅੰਦਰ ਖੂਨੋ ਖੂਨੀ ਹੋਇਆ ਵੇਖਿਆ ਤਾਂ ਆਣ ਕੇ ਇਹਨਾਂ ਨੇ RS ਬੇਕਰੀ ਵਾਲੇ ਦੀ ਮੰਮੀ ਨੂੰ ਦੱਸਿਆ ਵੀ ਆਹ ਕੰਮ ਹੋਇਆ ਅੰਦਰ। ਅਤੇ ਫਿਰ ਕਿੰਨੀ ਦੇਰ ਤੋਂ ਜਗ੍ਹਾ ਇੱਥੇ? ਬੜੇ ਚਿਰ ਤੋਂ ਸ਼ੁਰੂ ਤੋਂ ਹੀ ਇੱਥੇ ਰਹੇ ਜੀ। ਕੀ ਨਾਮ ਸੀ ਜੀ? ਕੁੜੀ ਦਾ ਨਾਂ ਹਰਪ੍ਰੀਤ ਕੌਰ ਰੋਜੀ। ਰੋਜੀ ਮੇਰਾ ਚਾਚੇ ਤਾਏ ਪੁੱਤ ਭਰਾ ਹੈਗੇ ਨੇ, ਬਾਕੀ ਹੋਰ ਕੋਈ ਨਹੀਂ। ਪਹੁੰਚੇ ਨੇ ਕੋਈ? ਸਾਰੇ ਇੱਥੇ ਨੇ ਜੀ, ਇੱਥੇ ਖੜੇ ਹੋਣੇ। ਆਓ ਖਲੋਤੇ ਸਾਰਾ ਪਰਿਵਾਰ ਉਹਨਾਂ ਦਾ। ਆਹ ਜਿਹੜੇ ਚਾਚਾ ਜੀ ਜਿਹੜੇ ਗੇਟ ਬੰਦ ਕਰਨ ਡੇ, ਉਹਨਾਂ ਕੋਈ ਸੀਸੀਟੀਵੀ ਤੋਂ ਕਿਸੇ ਤੇ ਕੋਈ ਨਹੀਂ? ਇਹਨਾਂ ਦੀ ਕੈਮਰਾ ਤਾਂ ਕੋਈ ਨਹੀਂ ਲੱਗਾ ਜੀ, ਨਾ ਕੋਈ ਇੱਥੇ ਕਵਰੇਜ ਆ ਰਿਹਾ ਕਿਸੇ ਚੀਜ਼। ਕੀ ਲੱਗਦਾ ਤੁਹਾਨੂੰ ਵੀ ਕੋਈ ਕਤਲ ਕੁਤਲ ਹੋ ਸਕਦਾ ਜੀ? ਕੀ ਕਿਹਾ ਜਾ ਸਕਦਾ, ਕੋਈ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਸਭ ਕੁਝ ਹੈ ਜਾ। ਕਿੰਨੇ ਕੁ ਵਜੇ ਦੀ ਗੱਲ ਹੈ ਜੀ? ਇਹ ਕੋਈ 3:30 ਤੋਂ 5:30 ਦੇ ਵਿੱਚ ਇੱਦਾਂ ਕੰਮ, ਕਿਉਂਕਿ 3:30 ਵਜੇ ਇੱਥੋਂ ਆਉਂਦੀ ਅੰਦਰ ਵੇਖੀ ਆ ਅਤੇ ਮੁੜ ਕੇ 5:30 ਵਜੇ ਰੌਲਾ ਪੈ ਗਿਆ, 6 ਵਜੇ ਨਾ ਵੀ ਆਹ ਕੰਮ ਹੋ ਗਿਆ, ਉਹਦੇ ਵਿੱਚ ਵਿੱਚ ਹੀ ਆ ਜੋ ਕੁਛ ਹੋਇਆ। ਇੱਥੇ ਹੁਣੇ ਇਨਫੋਰਮੇਸ਼ਨ ਮਿਲੀ ਸੀ ਵੀ ਹਰਪ੍ਰੀਤ ਕੌਰ ਹੈ ਇੱਥੇ, ਡਾਕਟਰ ਹਰਪਾਲ ਸਿੰਘ ਉਹਦੀ ਜਿਹੜੀ ਹੈਗੀ ਆ ਇੱਥੇ ਡੈੱਡ ਬੋਡੀ ਪਈ ਹੈ। ਹੁਣ ਆ ਕੇ ਚੈੱਕ ਕੀਤਾ ਉੱਥੇ, ਮਤਲਬ ਉਹਦੇ ਧੌਣ 'ਚ ਜ਼ਖਮ ਹੈਗੇ ਨਿਸ਼ਾਨ ਅਤੇ ਬੋਡੀ ਪਈ ਹੈ, ਬਾਕੀ ਹੁਣ ਆਸੇ ਪਾਸੇ ਕਰ ਰਹੇ ਹਾਂ, ਮੌਕਾ ਮਿਲਣਾ ਜਿਹਾ ਕਰ ਰਹੇ ਹਾਂ। ਨੈਚੁਰਲੀ ਹੈ ਜੀ ਮਰਡਰ। ਹਾਂਜੀ, ਪਿਛਲੇ ਸਮੇਂ ਤੋਂ ਇਹਦੇ ਮਾਤਰ ਜਿਹੜੇ ਫਾਦਰ ਅਤੇ ਮਦਰ ਆ ਜਿਹੜੇ ਉਹਨਾਂ ਦੀ ਡੈਥ ਹੋ ਚੁੱਕੀ ਸੀ ਅਤੇ ਉਹਦੇ ਕਰਕੇ ਤੁਹਾਨੂੰ ਇਕੱਲੀ ਸੀ ਅਤੇ ਇੱਕ ਡਿਪਰੈਸ਼ਨ 'ਚ ਵੀ ਸੀ। ਕਿੰਨੇ ਕੇਜ ਸੀ ਇਹਨਾਂ ਦੀ? 40+। ਸਰ ਕਿਹੜਾ ਇਲਾਕਾ ਪੈਂਦਾ ਜੀ? ਇਹ ਗੋਬਿੰਦ ਨਗਰ ਜੀ।